ਤੁਹਾਡਾ ਦੰਦ ਜੋੜਿਆ? ਹਾਂਜੀ ਸਰ। ਤੁਸੀਂ ਇਸ ਸੰਬੰਧੀ ਆਪਣਾ ਕੋਈ ਮੈਡੀਕਲ ਕਰਵਾਇਆ? ਸਰ ਮੈਡੀਕਲ ਕਰਾਇਆ। ਹਾਂਜੀ। ਮਤਲਬ ਪੁਲਿਸ ਨੇ ਤੁਹਾਡੇ ਆਣ ਕੇ ਘਰ ਤਲਾਸ਼ੀ ਲਈ ਆ? ਹਾਂਜੀ ਸਰ, ਉਹਨੇ ਤਲਾਸ਼ੀ। ਤੁਸੀਂ ਉਹਨਾਂ ਪੁੱਛਿਆ ਵੀ ਤੁਹਾਡੇ ਕੋਲ ਸਰਚ ਵਾਰੰਟ ਹੈ ਕਿ ਨਹੀਂ? ਸਾਰੇ ਹੀ ਬੋਲਿਆ ਕਿ ਕਿਉਂ ਤਲਾਸ਼ੀ ਲੈਣੀ ਹੈ, ਅਸੀਂ ਤਲਾਸ਼ੀ ਕਰਨੀ ਆ, ਅਸੀਂ ਕਰਵਾ ਦਿੱਤੀ। ਹਾਂ ਸਰ, ਲਾਇਆ ਜੀ ਚੋਰੀ ਦਾ। ਅੱਛਾ। ਵੀ ਸਾਡੇ ਘਰੋਂ ਸੌਦਾ ਖੜਿਆ ਜੀ, ਅਤੇ ਸਿਲੰਡਰ ਖੜੇ ਜੀ, ਅਤੇ ਸੋਨੇ ਦਾ ਨਾਂ ਲਾਇਆ ਜੀ। ਸਾਰਾ ਕੁਝ ਚੈੱਕ ਕਰਾ ਲਿਆ, ਉਹਨੇ ਕੈਮਰੇ ਪਿੰਡ ਦੇ ਵੀ, ਫਿੰਗਰ ਪ੍ਰਿੰਟ ਵੀ ਲੈ ਲਏ ਜੀ, ਮੇਰੇ ਸਾਰੇ ਪਰਿਵਾਰ ਦੇ ਫਿੰਗਰ ਪ੍ਰਿੰਟ। ਤੁਹਾਨੂੰ ਮਾਰਕੀਟ ਕੀਤੀ ਗਈ ਆ? ਹਾਂਜੀ ਸਰ। ਕਿੰਨੇ ਕਿੰਨੇ ਕੀਤੀ ਆ? ਇਹ ਸਰ ਜੋ SHO ਸਾਹਿਬ ਦੇ ਡਰਾਈਵਰ ਆ, ਪੁਲਿਸ ਨੇ ਸਰ ਖੜਿਆ ਮੈਨੂੰ, ਅਤੇ ਸਵੇਰ ਤੋਂ ਖੜਿਆ ਪਹਿਲਾਂ ਇਹਨਾਂ ਮੈਨੂੰ ਗੱਡੀ 'ਚ ਨਾ ਚਪੇੜਾਂ ਮਾਰੀਆਂ ਇਹਨੇ, ਕੁਲਵੰਤ ਕੌਰ ਨੇ। ਪੁਲਿਸ ਦੇ ਸਾਹਮਣੇ ਤੁਹਾਡੇ ਚਪੇੜਾਂ ਮਾਰੀਆਂ? ਹਾਂਜੀ। ਅਤੇ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਹੁਣ? ਕਾਰਵਾਈ ਸਰ ਇਹਨਾਂ 'ਤੇ ਪਰਚਾ ਹੋਣਾ ਚਾਹੀਦਾ ਆ, ਇਨਸਾਫ਼ ਹੋਣਾ ਚਾਹੀਦਾ ਸਰ। ਬਿਨਾਂ ਗੱਲ ਤੁਹਾਡੇ ਘਰ ਪੁਲਿਸ ਲੈ ਕੇ ਆਉਣ ਡੇ ਵਾਰ ਵਾਰ ਸਰ, ਅਤੇ ਕਦੀ ਧਮਕੀਆਂ ਲਾਉਂਦੀ, ਕਦੀ ਕਿਸੇ ਨੂੰ ਕਹਿ ਦਿੰਦੀ, ਕਦੀ ਕਿਸੇ ਨੂੰ, ਪੁਲਿਸ ਵਾਲਿਆਂ ਨੂੰ ਕਹਿੰਦੀ ਵੀ ਇਹਨਾਂ ਕੁੱਟ ਮਾਰ ਕਰੋ, ਪੈਸੇ ਦੇਈ ਜਾਂਦੀ ਸਰ। ਸਤਿ ਸ਼੍ਰੀ ਅਕਾਲ, ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਅੰਮ੍ਰਿਤਸਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਨਾਬਾਲਿਗ ਲੜਕੇ ਦੀ ਕੁੱਟਮਾਰ ਕੀਤੀ ਗਈ ਹੈ। ਦੱਸ ਦਈਏ ਕਿ ਇਹ ਸੂਚਨਾ ਮਿਲੀ ਸੀ ਕਿ ਨਾਬਾਲਿਗ ਲੜਕੇ ਦੀ ਮਾਮੀ ਦੇ ਵੱਲੋਂ ਉਹਨਾਂ ਤੇ ਚੋਰੀ ਦਾ ਕੇਸ ਪਾਇਆ ਗਿਆ, ਜਿੱਥੇ ਕਿ ਉਸਦੇ ਕੋਲ ਕੋਈ ਸਬੂਤ ਵੀ ਮੌਜੂਦ ਨਹੀਂ ਸੀ। ਬਿਨਾਂ ਕਿਸੇ ਸਬੂਤ ਤੋਂ ਹੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਨਾਬਾਲਿਗ ਬੱਚੇ ਦੀ ਕੁੱਟਮਾਰ ਕੀਤੀ ਗਈ। ਪਹਿਲਾਂ ਤਾਂ ਉਹਨਾਂ ਦੀ ਘਰ ਦੀ ਤਲਾਸ਼ੀ ਦੇ ਦੌਰਾਨ ਬੱਚੇ ਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਉਸਨੂੰ ਥਾਣੇ ਵੀ ਲਿਜਾਇਆ ਗਿਆ। ਚੌਂਕੀ ਲਿਜਾਣ ਤੋਂ ਬਾਅਦ ਵੀ ਉਸਦੀ ਕੁੱਟਮਾਰ ਕੀਤੀ ਗਈ। ਕੁੱਟਮਾਰ ਇੰਨੀ ਗੰਭੀਰਤਾ ਦੇ ਨਾਲ ਕੀਤੀ ਗਈ ਸੀ ਕਿ ਬੱਚੇ ਦਾ ਇੱਕ ਦੰਦ ਵੀ ਟੁੱਟ ਗਿਆ, ਅਤੇ ਹੁਣ ਪੀੜਿਤ ਪਰਿਵਾਰ ਦੇ ਵੱਲੋਂ ਇਹ ਗੁਹਾਰ ਲਗਾਈ ਜਾ ਰਹੀ ਹੈ ਕਿ ਬੱਚੇ ਦੀ ਮਾਮੀ ਯਾਨੀ ਕਿ ਕੁਲਵੰਤ ਕੌਰ ਦੇ ਖਿਲਾਫ FIR ਦਰਜ ਕੀਤੀ ਜਾਏ। ਹਾਂਜੀ, ਕਿਆ ਨਾਮ ਤੁਹਾਡਾ? ਦੇਵਜੀਤ ਸਿੰਘ ਸਰ। ਕਿੱਥੋਂ ਰਹਿਣ ਵਾਲੇ ਜੀ? ਕੀ ਕੰਮ ਕਰਦੇ? ਸਿੰਘ ਵਾਲੇ। ਹਾਂਜੀ, ਚਰਨ ਸਿੰਘ ਵਾਲੇ। ਤੇ ਕੀ ਕੰਮ ਕਰਦੇ ਜੀ? ਕੰਮ ਸਰ ਘਰੇ ਦਿਨਾ ਬਸ ਮੈਂ। ਅੱਛਾ, ਪੜਾਈ ਕਰਦੇ? ਦਿਹਾੜੀ ਦਿਹੁੜੀ ਜਾਂਦਾ ਜੀ ਪਾਪਾ ਦੇ ਨਾਲ। ਤੇ ਕੀ ਗੱਲ ਹੋਈ ਤੁਹਾਡਾ, ਕੀ ਕਹਿਣਾ ਚਾਹੁੰਦੇ ਜੀ? ਸਰ ਨਾ ਮੇਰੀ ਜਿਹੜੀ ਮਾਮੀ ਆ ਨਾ, ਉਹ ਸਾਡੇ ਤੇ ਨਜਾਇਜ਼ ਨਾਲ ਆਉਂਦੀ ਮੇਰਾ, ਵੀ ਇੱਦਾਂ ਚੋਰੀ ਕੀਤੀ ਸਾਡੇ ਘਰੇ, ਅਤੇ ਉਹਨਾਂ ਦੇ ਘਰੇ ਸਰ ਮਾਬਲਾ ਸਾਡੇ ਸਬੂਤ ਵੀ ਸਾਰੇ ਲੈ ਲਏ, ਫਿੰਗਰ ਪ੍ਰਿੰਟ ਵੀ ਲੈ ਲਏ ਆ। ਕੀ ਨਾਂ ਉਹਨਾਂ ਦਾ ਜਿਹਨੇ ਤੁਹਾਡੇ? ਉਹਨਾਂ ਦਾ ਨਾਂ ਹੈਗਾ ਜੀ ਕੁਲਵੰਤ ਕੌਰ। ਅਤੇ ਕਿੱਥੋਂ ਰਹਿਣ ਵਾਲੇ ਨੇ? ਉਹ ਕੋਟਲੇ ਦੇ ਰਹਿਣ ਵਾਲੇ ਜੀ। ਅਤੇ ਤੁਹਾਡਾ ਕੀ ਨਾਂ ਲਾਇਆ ਸੀ ਉਹਨਾਂ ਨੇ? ਨਾਂ ਸਰ ਲਾਇਆ ਜੀ ਚੋਰੀ ਦਾ। ਅੱਛਾ। ਵੀ ਸਾਡੇ ਘਰੋਂ ਸੌਦਾ ਖੜਿਆ ਜੀ, ਅਤੇ ਸਿਲੰਡਰ ਖੜੇ ਜੀ, ਅਤੇ ਸੋਨੇ ਦਾ ਨਾਂ ਲਾਇਆ ਜੀ। ਅੱਛਾ। ਹਾਂਜੀ। ਅਤੇ ਤੁਸੀਂ ਇਸ ਸੰਬੰਧੀ ਮਤਲਬ ਕੋਈ ਚੋਰੀ ਕਰਕੇ ਹੱਥ ਆਇਆ ਤੁਹਾਡਾ ਕਿ ਨਹੀਂ? ਨਹੀਂ ਸਰ, ਸਾਰਾ ਕੁਝ ਚੈੱਕ ਕਰਾ ਲਿਆ, ਉਹਨੇ ਕੈਮਰੇ ਪਿੰਡ ਦੇ ਵੀ, ਫਿੰਗਰ ਪ੍ਰਿੰਟ ਵੀ ਲੈ ਲਏ ਜੀ, ਮੇਰੇ ਸਾਰੇ ਪਰਿਵਾਰ ਦੇ ਫਿੰਗਰ ਪ੍ਰਿੰਟ। ਤੁਹਾਡੇ ਫਿੰਗਰ ਪ੍ਰਿੰਟਸ ਕਿੰਨੇ ਲਏ ਆ? ਇਹ ਲਏ ਜੇ ਟਾਂਗਰੇ ਚੌਂਕੀ ਵਾਲਿਆਂ। ਅੱਛਾ। ਹਾਂਜੀ ਸਰ। ਤੁਹਾਡੇ ਘਰ ਪੁਲਿਸ ਆਈ ਸੀ? ਹਾਂਜੀ ਸਰ, ਪਾਪਾ ਮੇਰੇ ਦੇ ਵੀ ਲਏ ਆ ਫਿੰਗਰ ਪ੍ਰਿੰਟ। ਅੱਛਾ ਜੀ, ਤੁਹਾਡੇ ਘਰ ਪੁਲਿਸ ਆਈ ਸੀ? ਹਾਂਜੀ ਸਰ। ਕੌਣ ਲੈ ਕੇ ਆਇਆ ਸੀ? ਕੁਲਵੰਤ ਕੌਰ। ਇਹ ਕੁਲਵੰਤ ਕੌਰ ਜੀ ਨਾਲ ਆਏ ਨੇ ਆਪ? ਹਾਂਜੀ। ਅੱਛਾ। ਨਾਲ ਇਹਨਾਂ ਦੀ ਤਰਸਿੱਕੇ ਵਾਲੇ ਇੱਕ ਭਰਾ ਆ ਜੇ, ਅਤੇ ਨਾਲ ਇਹਦੇ ਭਰਾ ਦਾ ਕੀ ਨਾਂ? ਉਹਨਾਂ ਦੇ ਨਾਂ ਤਾਂ ਮੈਨੂੰ ਪਤਾ ਨਹੀਂ ਜੀ ਸਰ। ਅੱਛਾ। ਅਤੇ ਕੀ ਪੁਲਿਸ ਨੇ ਕੀ ਕੀਤਾ? ਪੁਲਿਸ ਨੇ ਸਰ ਖੜਿਆ ਮੈਨੂੰ, ਅਤੇ ਸਵੇਰ ਤੋਂ ਖੜਿਆ ਪਹਿਲਾਂ ਇਹਨਾਂ ਮੈਨੂੰ ਗੱਡੀ 'ਚ ਨਾ ਚਪੇੜਾਂ ਮਾਰੀਆਂ ਇਹਨੇ, ਕੁਲਵੰਤ ਕੌਰ ਨੇ। ਅੱਛਾ। ਪੁਲਿਸ ਦੇ ਸਾਹਮਣੇ ਤੁਹਾਡੇ ਚਪੇੜਾਂ ਮਾਰੀਆਂ? ਹਾਂਜੀ। ਅੱਛਾ। ਅਤੇ ਮੈਨੂੰ ਕਹਿੰਦੀ ਦੱਸ ਮੈਨੂੰ ਜੋ ਕੁਛ ਵੀ ਹੈਗਾ ਆ ਦੇ ਮੈਨੂੰ, ਇਹਨਾਂ ਮੇਰੇ ਵੱਲ ਬੰਦਾ ਘੱਲਿਆ ਸਰ ਸੌਦਾ ਦੇ ਕੇ, ਅਤੇ ਸਾਡੇ ਉਹ ਘਰ ਆਇਆ ਅਤੇ ਮੈਂ ਸੌਦਾ ਲਿਆ ਨਹੀਂ ਸਰ, ਅਤੇ ਮੁੜ ਕੇ ਅਗਲੇ ਦਿਨ ਇੱਕ ਦਿਨ ਛੱਡ ਕੇ ਅਤੇ 28 ਤਰੀਕ ਨੂੰ 26 ਤਰੀਕ ਨੂੰ ਇਹ ਸਰ ਮੇਰੇ ਵੱਲ ਸੌਦਾ ਲੈ ਕੇ ਆਇਆ ਮੁੰਡਾ, ਇਹਨਾਂ ਘੱਲਿਆ ਪੈਸੇ ਦੇ ਕੇ ਉਹਨੂੰ। ਕੀ ਨਾਂ ਸੀ ਉਹਦਾ? ਉਹਦਾ ਨਾਂ ਗੋਪੀ। ਤੁਸੀਂ ਜਾਣਦੇ ਹੋ ਮੁੰਡੇ ਨੂੰ? ਹਾਂਜੀ ਸਰ। ਅੱਛਾ। ਅੱਗੇ ਮੇਰੇ ਨਾਲ ਕਦੀ ਨਹੀਂ ਉਹ ਮਿਲਿਆ ਸਰ, ਸਿੱਧਾ ਮੇਰੇ ਘਰ ਆਇਆ, ਮੈਨੂੰ ਕਹਿੰਦਾ ਸੌਦਾ ਲੈਣਾ ਅਤੇ ਘਰ ਵਾਸਤੇ ਲੈ ਲਾ, ਅਤੇ ਮੈਂ ਸਰ ਇਨਕਾਰ ਕਰਤਾ ਵੀ ਨਹੀਂ, ਮੈਂ ਸਾਨੂੰ ਨਹੀਂ ਚਾਹੀਦਾ ਸੌਦਾ। ਤੁਹਾਨੂੰ ਚੌਂਕੀ ਦੇ ਵਿੱਚ ਪੁਲਿਸ ਵਾਲਿਆਂ ਨੇ ਬਿਠਾਇਆ ਸੀ?
ਹਾਂਜੀ ਸਰ ਮੇਰੇ ਨਾਲ ਸਰ ਕੁੱਟਮਾਰ ਕੀਤੀ ਗਈ ਆ। ਤੁਹਾਨੂੰ ਮਾਰਕੀਟਿੰਗ ਕੀਤੀ ਗਈ ਆ? ਹਾਂਜੀ ਸਰ। ਕਿੰਨੇ ਕਿੰਨੇ ਕੀਤੀ ਆ? ਇਹ ਸਰ ਜੋ ਐਸ ਐਚ ਓ ਸਾਹਿਬ ਦੇ ਡਰਾਈਵਰ ਆ। ਨਾਂ ਪਤਾ ਉਹਨਾਂ ਦਾ? ਨਹੀਂ ਸਰ ਨਾਂ ਨਹੀਂ ਪਤਾ। ਅੱਛਾ। ਅਤੇ ਸਰ ਮੇਰਾ ਦੰਦ ਤੋੜਿਆ ਆ। ਤੁਹਾਡਾ ਦੰਦ ਹੀ ਤੋੜਿਆ? ਹਾਂਜੀ ਸਰ। ਤੁਸੀਂ ਇਸ ਸੰਬੰਧੀ ਆਪਣਾ ਕੋਈ ਮੈਡੀਕਲ ਕਰਵਾਇਆ? ਸਰ ਮੈਡੀਕਲ ਕਰਵਾਇਆ। ਹਾਂਜੀ। ਅੱਛਾ। ਅਤੇ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਹੁਣ? ਕਾਰਵਾਈ ਸਰ ਇਹਨਾਂ 'ਤੇ ਪਰਚਾ ਹੋਣਾ ਚਾਹੀਦਾ ਆ, ਇਨਸਾਫ ਹੋਣਾ ਚਾਹੀਦਾ ਸਰ। ਬਿਨਾਂ ਗੱਲ ਤੁਹਾਡੇ ਘਰ ਪੁਲਿਸ ਲੈ ਕੇ ਆਉਣ ਡੇ ਵਾਰ ਵਾਰ ਸਰ, ਅਤੇ ਕਦੀ ਧਮਕੀਆਂ ਲਾਉਂਦੀ, ਕਦੀ ਕਿਸੇ ਨੂੰ ਕਹਿ ਦਿੰਦੀ, ਕਦੀ ਕਿਸੇ ਨੂੰ, ਪੁਲਿਸ ਵਾਲਿਆਂ ਨੂੰ ਕਹਿੰਦੀ ਵੀ ਇਹਨਾਂ ਕੁੱਟਮਾਰ ਕਰੋ, ਪੈਸੇ ਦੇਈ ਜਾਂਦੀ ਸਰ। ਅੱਛਾ। ਤੁਹਾਡਾ ਥਰਡ ਡਿਗਰੀ ਕੀਤੀ ਪੁਲਿਸ ਨੇ? ਹਾਂਜੀ ਸਰ। ਅਤੇ ਕੌਣ ਕੌਣ ਸੀ ਇਹਨਾਂ ਤੁਹਾਨੂੰ ਮਾਰਕੀਟ ਕੀਤੀ ਆ? ਸਰ ਤੋਂ ਇਹ ਲਾਗੇ ਲੋਕ ਇਹਨਾਂ ਕਟਾਇਆ ਮੈਨੂੰ। ਕਿਹੜੀ ਚੌਂਕੀ ਸੀ? ਟਾਂਗਰੇ ਚੌਂਕੀ, ਟਾਂਗਰੇ ਦੇ ਵਿੱਚ? ਹਾਂਜੀ ਸਰ। ਅੱਛਾ। ਅਤੇ ਉੱਥੇ ਤੁਹਾਡੀ ਮਾਰਕੀਟ ਹੋਈ ਆ? ਹਾਂਜੀ ਸਰ। ਤੁਸੀਂ ਹੁਣ ਮੈਡੀਕਲ ਮਤਲਬ ਕਰਵਾ ਕੇ ਕੀ ਮੰਗ ਕਰਦੇ ਜੋ ਤੁਹਾਡਾ ਦੰਦ ਟੁੱਟਾ ਵਾ? ਹਾਂਜੀ ਸਰ, ਇਨਸਾਫ ਹੋਣਾ ਚਾਹੀਦਾ ਆ ਸਰ। ਐਸ ਐਚ ਓ ਸਾਹਿਬ ਦੇ ਡਰਾਈਵਰ ਨੇ ਮਾਰਕੀਟ ਕੀਤੀ ਜਾਂ ਚੌਂਕੀਦਾਰ ਨੇ ਵੀ? ਨਹੀਂ ਸਰ, ਐਸ ਐਚ ਓ ਦੇ ਸਾਹਿਬ ਨੇ, ਡਰਾਈਵਰ ਨੇ, ਐਸ ਐਚ ਓ ਸਾਹਿਬ ਨੇ ਆਖਿਆ ਸੀ ਸੈਮ ਦੇ ਉਹਨਾਂ ਨੂੰ। ਅੱਛਾ। ਹਾਂਜੀ ਸਰ, ਧੰਨਵਾਦ ਜੀ। ਮੈਮ ਤੁਹਾਡਾ ਨਾਮ? ਜਸਬੀਰ ਕੌਰ। ਜਸਬੀਰ ਕੌਰ ਜੀ, ਕੀ ਗੱਲ ਹੋਈ, ਕੀ ਕਹਿਣਾ ਚਾਹੁੰਦੇ ਜੀ? ਸਰ ਸਾਡੀ ਮੇਰੀ ਭਾਬੀ ਲੱਗਦੀ ਆ, ਕੁਲਵੰਤ ਕੌਰ ਉਹਦਾ ਨਾਮ ਆ, ਸਾਡੇ ਬੇਟੇ ਦਾ ਨਜਾਇਜ਼ ਨਾਂ ਲਾਉਂਦੀ ਆ। ਸਾਰਾ ਕੁਛ ਉਹਨਾਂ ਨੇ ਫਿੰਗਰ ਪ੍ਰਿੰਟ ਸਾਰਾ ਕੁਛ ਲੈ ਲਿਆ, ਕੁਛ ਨਹੀਂ ਨਿਕਲਿਆ, ਕੈਮਰੇ 'ਚ ਵੀਡੀਓ ਕਢਾ ਲਈਆਂ ਵਾ, ਕੁਛ ਨਹੀਂ ਆਇਆ ਵੀ ਸਰ। ਹੁਣ ਪੁਲਿਸ ਲੈ ਕੇ ਆਈ ਆ, ਵਾਰ ਵਾਰ ਆਉਂਦੀ ਪੁਲਿਸ ਲੈ ਕੇ, 26 ਤਰੀਕ 28 ਤਰੀਕ ਵਾਲੇ ਦਿਨ ਵੀ ਆਈ ਸਾਡੇ ਘਰ, ਇਹਨਾਂ ਨੇ ਸਾਰੇ ਸਾਡੇ ਘਰ ਦੀ ਤਲਾਸ਼ੀ ਲਈ, ਇੱਕ ਇੱਕ ਚੀਜ਼ ਅਸੀਂ ਇਹਨਾਂ ਨੂੰ ਤਲਾਸ਼ੀ ਕਰਵਾਈ ਆ ਵੀ ਵੇਖ ਲਓ ਸਰ, ਕੁਛ ਨਹੀਂ ਬਰਾਮਦ ਹੋਇਆ ਵੀ। ਮਤਲਬ ਪੁਲਿਸ ਨੇ ਤੁਹਾਡੇ ਆਣ ਕੇ ਘਰ ਤਲਾਸ਼ੀ ਲਈ ਆ? ਹਾਂਜੀ ਸਰ, ਉਹਨਾਂ ਤਲਾਸ਼ੀ। ਤੁਸੀਂ ਉਹਨਾਂ ਪੁੱਛਿਆ ਵੀ ਤੁਹਾਡੇ ਕੋਲ ਸਰਚ ਵਾਰੰਟ ਹੈ ਕਿ ਨਹੀਂ? ਸਾਰੇ ਹੀ ਬੋਲਿਆ ਕਿ ਕਿਉਂ ਤਲਾਸ਼ੀ ਲੈਣੀ ਹੈ, ਅਸੀਂ ਤਲਾਸ਼ੀ ਕਰਨੀ ਆ, ਅਸੀਂ ਕਰਵਾ ਦਿੱਤੀ। ਅਤੇ ਤੁਹਾਡੇ ਬੱਚੇ ਦੀ ਥਰਡ ਡਿਗਰੀ ਵੀ ਹੋਈ ਆ ਮਾਰਕਾ ਜੀ? ਸਰ ਹਾਂਜੀ, ਉਹਨਾਂ ਨੇ ਕੱਲ੍ਹ ਮਾਰਿਆ ਜੀ, ਕੱਲ੍ਹ ਲੈ ਕੇ ਗਏ ਸਵੇਰੇ 7:30 ਵਜੇ ਸਾਡੇ ਘਰ ਲੈ ਕੇ ਆਈਏ ਪੁਲਿਸ ਵਾਲਿਆਂ ਨੂੰ। ਤਾਂ ਤੁਸੀਂ ਹੁਣ ਕੀ ਮੰਗ ਕਰਦੇ ਜੀ? ਸਰ ਸਾਨੂੰ ਇਨਸਾਫ ਚਾਹੀਦਾ, ਸਾਡੇ ਬੱਚੇ ਦਾ ਗਲਤ ਨਾਮ ਲਾ ਰਹੇ ਆ। ਇੱਦਾਂ ਜੀ, ਇਹ ਨਾ ਦਰਖਾਸਤ ਹੁਣ ਸਾਨੂੰ ਇੱਕ ਆਈ ਆ, ਜਸਬੀਰ ਕੌਰ ਪਤਨੀ ਬਲਜਿੰਦਰ ਸਿੰਘ, ਵਾਸੀ ਯੋਧਾ ਨਗਰੀ ਚੰਦ ਸਿੰਘ ਵਾਲਾ, ਇੱਥੇ ਪੈਂਦੀ ਕਲੋਨੀ ਲਾਗੇ ਜੀ। ਇਹ ਦਰਖਾਸਤ ਆਈ ਆ, ਅਸੀਂ ਨਾ ਵੈਰੀਫਾਈ ਕਰਦੇ ਹਾਂ, ਜਿਹੜਾ ਵੀ ਦੋਸ਼ੀ ਹੋਊਗਾ ਉਹਦੇ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ। ਸਰ ਕਿੱਥੋਂ ਤੱਕ ਜਾਇਜ਼ ਆ ਕਿ ਮਤਲਬ ਪੁਲਿਸ ਦੀ ਬ੍ਰੈਂਡ ਦੇ ਵਿੱਚ ਕਿ ਪਾਰਟੀ ਵੱਲੋਂ ਮੁੰਡੇ ਨੂੰ ਮਾਰਕੀਟਾਈ ਕਰਨੀ, ਅਤੇ ਬਾਅਦ 'ਚ ਉਹਦੇ ਨੂੰ ਕਿਹਾ ਗਿਆ ਕਿ ਐਸ ਐਚ ਓ ਸਾਹਿਬ ਦੇ ਡਰਾਈਵਰ ਦੇ ਰਣਜੀਤ ਸਿੰਘ, ਉਹਨਾਂ ਨੇ ਮਤਲਬ ਹੱਥ ਪਿੱਛੇ ਬੰਨ ਕੇ ਮੂੰਹ ਟੱਕਿਆ, ਜਿਹਦੇ ਬਹੁਤ ਜ਼ਿਆਦਾ ਮਾਰਿਆ ਅਤੇ ਮੁੰਡੇ ਦਾ ਦੰਦ ਟੁੱਟ ਗਿਆ ਵਾ, ਕਿ ਕਿੱਥੋਂ ਤੱਕ ਜਾਇਜ਼ ਆ? ਮੈਂ ਕਿਹਾ ਜੀ, ਦਰਖਾਸਤ ਸਾਡੇ ਕੋਲ ਆਈ ਆ ਇਹਨਾਂ ਦੀ, ਇਹ ਵੈਰੀਫਾਈ ਕਰਦੇ ਹਾਂ ਸਾਰੀ ਗੱਲ। ਹੁਣ ਮਤਲਬ ਅਸੀਂ ਵੀ ਨਾਲ ਨਹੀਂ ਹੈਗੇ, ਜੋ ਵੀ ਆ ਇਹਨੂੰ ਮੁੰਡੇ ਨੂੰ ਪੁੱਛਾਂ ਕਿਸ ਕਰਾਂਗੇ ਵੀ ਕਿ ਤੈਨੂੰ ਕਿੰਨੇ ਕਿੰਨੇ ਤੇਰੇ ਨਾਲ ਕੀਤਾ ਇੱਦਾਂ ਦਾ ਕੰਮ। ਜਿਹੜੀ ਉਹ ਹੈਗੀ ਆ ਕੁਲਵੰਤ ਕੌਰ, ਵਾਈਫ ਸੁਖਵਿੰਦਰ ਸਿੰਘ ਵਾਸੀ ਕੋਲ ਥੋਨਗਨ, ਜਿਹੜੀ ਕਹਿੰਦੀ ਚੋਰੀ ਹੋਈ ਆ ਮੇਰੀ, ਇਹਦਾ ਨਾਂ ਲਾਉਂਦੀ, ਉਹਨੂੰ ਵੀ ਬੁਲਾਉਣਾ ਇੱਥੇ ਸਾਰਾ ਵੈਰੀਫਾਈ ਕਰਕੇ ਨਾ। ਸਾਨੂੰ ਹੁਣੇ ਨਾ ਸਾਡੀ ਟੀਮ ਨੂੰ ਡਰਾਈਵਰ ਸਾਹਿਬ ਬਾਹਰ ਮਿਲਿਆ ਰਣਜੀਤ ਸਿੰਘ ਜੀ, ਜਦੋਂ ਉਹਨਾਂ ਨੇ ਪੁੱਛ ਪੜਤਾਲ ਕੀਤੀ ਅਤੇ ਉਹਨਾਂ ਨੇ ਮੀਡੀਆ ਨੇ ਵੀ ਕਾਫੀ ਰੂਟੀਨ ਬੇਅਰ ਕੀਤਾ ਕਿ ਐਸ ਐਚ ਓ ਨਾਲ ਗੱਲ ਕਰੋ ਲੱਗੇ, ਉਹ ਸਾਡੇ ਅੰਦਰ ਆਉਂਦੇ ਆਪਣੀ ਗੱਡੀ ਲੈ ਕੇ ਭੱਜ ਗਏ ਨੇ। ਨਹੀਂ ਕੋਈ ਗੱਲ ਨਹੀਂ, ਉਹਨਾਂ ਨੂੰ ਵੀ ਆਪਾਂ ਇੱਥੇ ਬੁਲਾਉਂਦੇ ਹਾਂ ਐਸ ਐਚ ਓ ਸਾਹਿਬ ਕੋਲ, ਸਾਰੀ ਗੱਲ ਉਹਨਾਂ ਨੂੰ ਪੁੱਛਦੇ ਹਾਂ ਵੀ ਇੱਦਾਂ ਦਾ ਬਿਹੇਵ ਨਹੀਂ ਕਰਨਾ ਚਾਹੀਦਾ ਕੋਈ ਵੀ ਜਿਹੜਾ ਥਾਣੇ ਆਉਂਦਾ ਸਾਡੇ, ਚਾਹੇ ਉਹ ਮੀਡੀਆ ਦੇ ਕਰਮਚਾਰੀ ਆ ਜਾਂ ਕੋਈ ਪ੍ਰਾਈਵੇਟ ਬੰਦਾ, ਹਰ ਇੱਕ ਬੰਦੇ ਦਾ ਸਾਡਾ ਫਰਜ਼ ਬਣਦਾ ਸਤਿਕਾਰ ਅਸੀਂ ਲੋਕਾਂ ਵਾਸਤੇ, ਲੋਕਾਂ ਦੀ ਹੈਲਪ ਵਾਸਤੇ, ਨਾ ਕਿ ਅਸੀਂ ਲੋਕਾਂ ਨੂੰ ਦੱਬਕੇ ਮਾਰਨ ਵਾਸਤੇ, ਇਹੋ ਜਿਹੀ ਵੀ ਕੋਈ ਗੱਲ ਹੈਗੀ। ਜੇ ਉਹਨਾਂ ਨੇ ਕੋਈ ਇਹੋ ਜਿਹੀ ਗੱਲ ਕੀਤੀ ਹੈ ਤਾਂ ਉਹਨਾਂ ਨੂੰ ਵੀ ਇਹ ਗੱਲ ਤੋਂ ਉਹਨਾਂ ਨੂੰ ਕਹਾਂਗੇ ਵੀ ਗਰੇਜ਼ ਕਰੋ, ਇਹੋ ਜਿਹਾ ਕੰਮ ਨਹੀਂ ਕਰਨਾ। ਮੀਡੀਆ ਦੇ ਨਾਲ ਸਾਡਾ ਕੋਈ ਇਹੋ ਜਿਹਾ ਨਹੀਂ ਹੈਗਾ, ਮੀਡੀਆ ਵੀ ਇੱਕ ਸਾਡੇ ਹੀ ਭਰਾ ਨੇ, ਸਾਡੀ ਹਰ ਇੱਕ ਗੱਲ ਹੈਲਪ ਕਰਦੇ ਹਰ ਇੱਕ ਥਾਂ। ਸਰ ਅਗਰ ਜੇ
ਦੇਖੋ ਜੀ, ਇਹ ਸੀਨੀਅਰ ਅਫਸਰਾਂ ਦੇ ਨੋਟਿਸ 'ਤੇ ਲਿਆਵਾਂ ਗੱਲ, ਜੋ ਬਣਦੀ ਕਾਰਵਾਈ ਆ ਵੈਰੀਫਾਈ ਕਰਕੇ ਕੋਈ ਵੀ ਆ ਕਰਾਂਗੇ। ਸਾਡੇ ਤੋਂ ਮੈਂਬਰ ਦਾ ਕਹਿਣਾ ਹੈ ਕਿ ਅਗਰ ਇਹਨੇ ਸਾਡੇ ਤੋਂ ਬਤੌਰੀ ਦਿਖਾ ਦਿੱਤੀ ਕਿ ਸਾਡੇ ਬੱਚੇ ਦਾ ਅੱਖ ਜਿਹੜਾ ਵਾ ਅੱਖ ਖਰਾਬ ਹੋਇਆ ਵਾ, ਕੀ ਇਹ ਤੇ ਬਣਦੀ 182 ਦੀ ਲਾਣੇ ਵੀ ਉਹਨਾਂ 'ਚ ਲਿਆਂਦੀ ਜਾਏਗੀ? ਦੇਖੋ ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸਤੀ ਆ ਵੀ ਵੈਰੀਫਾਈ ਕਰਦੇ ਹਾਂ, ਉਹਨੂੰ ਵੀ ਕੁਲਵੰਤ ਕੌਰ ਨੂੰ ਵੀ ਬੁਲਾਉਂਦੇ ਹਾਂ, ਵੈਰੀਫਾਈ ਕਰਦੇ ਹਾਂ ਵੀ ਉਹਨਾਂ ਨੇ ਇਹ ਜਿਹੜਾ ਦੋਸ਼ ਲਾਇਆ ਕਿਉਂ ਲਾਇਆ, ਜੇ ਲਾਇਆ ਤਾਂ ਉਸ 'ਤੇ ਦਾ ਕਾਰਨ ਕੀ,